ਸਾਧੂ ਸਨ, ਉਹਨਾਂ ਕੋਲ ਰੋਜ਼ ਇੱਕ ਨੌਜਵਾਨ ਨੇ ਜਾਣਾ। ਇਹ ਸਾਖੀ ਮੈਂ ਸਿਰਫ ਸੁਣਾਉਣ ਲੱਗਾ, ਸਿਧਾਂਤ ਨੂੰ ਸਮਝਣ ਲਈ ਕਹਾਣੀ। ਸੇਵਾ ਕਰਨੀ ਪਰ ਚੰਚਲਤਾਈ, ਟਿਚਰਾਂ ਕਰਨੀਆਂ, ਮਜ਼ਾਕ ਜਾਂ ਕਰੀ ਜਾਣੇ। ਉਹਨਾਂ ਦੇ ਮਨ 'ਚ ਹੈ ਵੀ ਬੰਦਾ ਆਉਂਦਾ ਵੀ ਏ, ਕੋਲ ਵੀ ਬੈਠਦਾ, ਪਰ ਇਹਦੀ ਚੰਚਲਤਾਈ ਨਹੀਂ ਜਾਂਦੀ ਪਈ। ਇੱਕ ਦਿਨ ਉਹ ਕਿਤੇ ਬਾਜ਼ਾਰ ਸ਼ਹਿਰ ਗਿਆ ਅਤੇ ਕਹਿੰਦਾ, ਬਾਬਾ ਜੀ ਆਪਾਂ ਸ਼ਹਿਰ ਚੱਲੇ, ਅੱਜ ਨਹੀਂ ਮੈਂ ਤੁਹਾਡੇ ਕੋਲ ਆਉਣਾ। ਹਾਸੇ 'ਚ ਕਹਿੰਦਾ, ਕੁਝ ਮੰਗਾਉਣਾ ਤਾਂ ਨਹੀਂ ਖਾਣ ਪੀਣ ਨੂੰ? ਕਹਿੰਦੇ ਨੇ, ਮੈਂ ਤਾਂ ਕਦੀ ਸ਼ਹਿਰ ਗਿਆ ਨਹੀਂ, ਇਹ ਤਿੰਨ ਕੁ ਚੀਜ਼ਾਂ ਮੇਰੀਆਂ ਲੈ ਵੀ। ਉਹ ਕਹਿੰਦੇ, ਦੱਸੋ ਤਿੰਨ ਕਿਹੜੀਆਂ? ਕਹਿੰਦਾ, ਤੇਰੇ ਕੋਲ ਪੈਨਸਲ ਜਾਂ ਪੈੱਨ ਕਾਗਜ਼ ਹੈ? ਉਹ ਕਹਿੰਦਾ, ਮੈਨੂੰ ਇੰਨੀਆਂ ਗੱਲਾਂ ਚੇਤੇ, ਮੈਂ ਤਿੰਨ ਹੀ ਚੇਤੇ ਕਰ ਸਕਦਾ। ਉਹ ਗੰਭੀਰ ਹੋ ਕੇ ਕਹਿੰਦੇ, ਸੱਚੀ ਮੁੱਚੀ ਇਹ ਤਿੰਨ ਚੇਤੇ ਨਹੀਂ ਰਹਿੰਦੀਆਂ। ਕਹਿੰਦਾ ਜੀ ਚਲੋ ਲਿਖਾ ਦਿਓ। ਉਹਨੇ ਲਿਖਾਇਆ ਅਤੇ ਪਹਿਲੀ ਗੱਲ ਸਾਧੂ ਨੇ ਲਿਖਾਈ ਕਿ ਘਟੇ ਘਟੇ, ਇਹ ਲਿਖਾ ਦਿੱਤਾ ਜੀ ਘਟੇ ਘਟੇ। ਉਹ ਲਿਖਣ ਤੋਂ ਪਹਿਲਾਂ ਕਹਿੰਦਾ, ਜੀ ਇਹ ਕਿਹੜੀ ਚੀਜ਼ ਹੁੰਦੀ ਹੈ, ਪਾਉਣ ਵਾਲੀ ਖਾਣ ਵਾਲੀ? ਉਹ ਕਹਿੰਦਾ, ਸਾਰਿਆਂ ਕੋਲ ਹੀ ਹੁੰਦੀ ਹੈ, ਤੈਨੂੰ ਅਜੇ ਸਮਝ ਕੋਈ ਨਹੀਂ, ਘਟੇ ਘਟੇ। ਉਹਨੇ ਲਿਖ ਲਿਆ। ਕਹਿੰਦਾ ਜੀ ਦੂਜੀ? ਉਹ ਕਹਿੰਦਾ, ਦੂਜੀ ਵਧੇ ਵਧੇ। ਉਹ ਫਿਰ ਸੋਚੀ ਪੈ ਗਿਆ, ਵਧੇ ਵਧੇ ਕਿਹੜੀ ਖਾਣ ਵਾਲੀ ਚੀਜ਼ ਹੈ? ਉਹ ਕਹਿੰਦਾ, ਬਾਬਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਅੱਜ? ਕਹਿੰਦਾ, ਨਹੀਂ ਨਹੀਂ ਪੁੱਤਰ, ਮੈਂ ਮਜ਼ਾਕ ਨਹੀਂ ਕਰ ਰਿਹਾ। ਇੱਕ ਘਟੇ ਘਟੇ, ਦੂਜੀ ਵਸਤੂ ਇਹ ਵਧੇ ਵਧੇ। ਕਹਿੰਦਾ ਤੀਜੀ? ਕਹਿੰਦਾ ਤੀਜੀ ਲਿਖ ਲੈ, ਨਾ ਵਧੇ ਨਾ ਘਟੇ। ਉਹਨੇ ਲਿਖ ਤਿੰਨੇ ਲਈਆਂ, ਪਰ ਮਨ 'ਚ ਗਿਣਤੀਆਂ ਗਿਣਦਾ ਪਿਆ ਵੀ ਇਹ ਚੀਜ਼ਾਂ ਵਧੇ ਵਧੇ, ਘਟੇ ਘਟੇ, ਨਾ ਵਧੇ ਨਾ ਘਟੇ, ਇਹ ਮਾਜਰਾ ਕੀ ਹੈ? ਸੋਚੀ ਗਿਆ। ਪਰ ਜਦੋਂ ਬਾਜ਼ਾਰ 'ਚ ਪਹੁੰਚਿਆ, ਮਨ 'ਚ ਆਇਆ ਕੱਪੜੇ ਵਾਲੇ ਕੱਪੜਾ ਵੀ ਨਹੀਂ ਹੋ ਸਕਦਾ, ਕੋਈ ਸਬਜ਼ੀ ਭਾਜੀ ਵੀ, ਤਰਕਾਰੀ ਵੀ ਨਹੀਂ। ਮਨ 'ਚ ਆਇਆ ਕਿਤੇ ਪੰਸਾਰੀ ਵਾਲੇ ਨਾਲ ਕੋਈ ਚੀਜ਼ ਹੋਵੇ, ਕਿਉਂਕਿ ਜੜੀਆਂ ਬੂਟੀਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ, ਹੋ ਸਕਦਾ ਉਹਦੇ ਕੋਲ ਹੋਵੇ। ਉਹਦੇ ਕੋਲ ਜਾ ਕੇ ਇਕੱਲੇ ਨੇ ਪੁੱਛਿਆ, ਜੀ ਆਹ ਤਿੰਨ ਚੀਜ਼ਾਂ ਮਿਲ ਜਾਣਗੀਆਂ? ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ। ਉਹ ਕਾਗਜ਼ ਪੜ੍ਹ ਕੇ ਕਹਿੰਦਾ, ਮੂਰਖ ਹੈ? ਕਹਿੰਦਾ, ਮੈਂ ਮੂਰਖ ਤਾਂ ਨਹੀਂ, ਪਰ ਮੈਨੂੰ ਕਿਸੇ ਨੇ ਮੰਗਾਈਆਂ ਨੇ। ਕਹਿੰਦਾ, ਬਾਹਰ ਚੱਲ, ਇਹ ਪੰਸਾਰੀ, ਇਹ ਕੋਈ ਜੜੀ ਬੂਟੀ ਨਹੀਂ। ਅਖੀਰ ਤੇ ਬੰਦਾ ਜਿਵੇਂ ਖਿਝਿਆ ਗਿਆ ਬਾਜ਼ਾਰ ਚੋਂ, ਰਸਤੇ ਵਿੱਚ ਤੁਰਿਆ ਹੋਵੇ ਤੇ ਸੱਚੀ ਮੁੱਚੀ ਇੱਕ ਦਰਵੇਸ਼ ਬੈਠਾ ਹੋਇਆ। ਉਹਦੇ ਭਾਗ ਚੰਗੇ ਸਨ ਜੀ। ਉਹਦੇ ਮਨ 'ਚ ਆਇਆ ਵੀ ਬਾਬੇ ਨੇ ਕਿਤੇ ਰਮਜ ਤਾਂ ਨਹੀਂ ਮਾਰ ਦਿੱਤੀ, ਮੈਨੂੰ ਕੋਈ ਸਮਝਾਉਣਾ ਤਾਂ ਨਹੀਂ ਚਾਹੁੰਦੇ, ਇਸ ਦਰਵੇਸ਼ ਨੂੰ ਪੁੱਛ ਲਈਏ। ਉਹਦੇ ਕੋਲ ਜਾ ਕੇ ਬੈਠ ਗਿਆ। ਕਹਿੰਦਾ, ਬਾਬਾ ਜੀ ਆਹ ਮੇਰੇ ਤਿੰਨ ਕੁ ਸਵਾਲ ਨੇ, ਇਹ ਜਵਾਬ ਦੇ ਸਕਦੇ ਹੋ? ਉਹ ਕਹਿੰਦਾ, ਦੱਸ। ਉਹਨੇ ਜਦੋਂ ਦੱਸਿਆ, ਜੀ ਪਹਿਲਾ ਘਟੇ ਘਟੇ, ਦੂਜਾ ਵਧੇ ਵਧੇ, ਤੀਜੀ ਨਾ ਵਧੇ ਨਾ ਘਟੇ। ਉਹ ਹੱਸ ਕੇ ਕਹਿੰਦਾ, ਪੁੱਤਰ ਇਹ ਤੇ ਤੇਰੇ ਕੋਲ ਵੀ ਹੈਗੀ। ਕਹਿੰਦਾ, ਮੇਰੇ ਕੋਲ? ਕਹਿੰਦਾ, ਸਾਰੀ ਦੁਨੀਆ ਕੋਲ ਹੈ। ਕਹਿੰਦਾ, ਖਾਣ ਵਾਲੀ? ਕਹਿੰਦਾ, ਨਾ ਖਾਣ ਵਾਲੀ ਨਹੀਂ, ਹੰਢਾਉਣ ਵਾਲੀ ਹੈ। ਕਹਿੰਦਾ, ਹੰਢਾਉਣ ਦਾ ਮਤਲਬ ਕੱਪੜੇ? ਕਹਿੰਦਾ, ਨਹੀਂ ਕੱਪੜੇ ਵੀ ਨਹੀਂ ਪੁੱਤਰ, ਪਹਿਲੀ ਮੈਨੂੰ ਗੱਲ ਦੱਸ, ਲਿਖ ਕੇ ਕਿਹਨੂੰ ਤੈਨੂੰ ਦਿੱਤਾ? ਕਹਿੰਦਾ, ਦਿੱਤਾ ਤਾਂ ਇੱਕ ਸਾਧੂ ਹੈ ਜੀ, ਸਾਦਾ ਜਿਹਾ। ਕਹਿੰਦਾ, ਸਾਦਾ ਜਿਹਾ ਨਹੀਂ, ਉਹ ਪਹੁੰਚੀ ਹਸਤੀ ਹੈ। ਹੁਣ ਇਹਦੇ ਅੱਗੇ ਲਿਖਣਾ ਸ਼ੁਰੂ ਕਰ, ਜਿਹੜਾ ਉਹਨੇ ਤੈਨੂੰ ਲਿਖਾਇਆ ਵੀ ਘਟੇ ਘਟੇ। ਇਹਦੇ ਅੱਗੇ ਲਿਖਦੇ ਉਮਰ, ਆਰਬਲਾ, ਆਰਜੂ। ਜਿੱਦਣ ਸਾਡਾ ਜਨਮ ਹੋਇਆ, ਉਦੋਂ ਬਾਅਦ ਜਿਹੜੀ ਚੀਜ਼ ਘਟਦੀ ਪਈ ਏ, ਜਿੰਨੀ ਰੱਬ ਨੇ ਉਮਰ ਦਿੱਤੀ ਸੀ, ਦਿਨ ਦਿਨ ਕਰਕੇ ਉਹ ਘਟਦੀ ਪਈ। ਆਹ ਬਾਣੀ 'ਚ ਪੜ੍ਹਦੇ ਹੋ, ਔਧ ਘਟੈ ਦਿਵਸ, ਇਹ ਘਟਦੀ ਹੈ ਨਾ, ਔਧ ਘਟੈ ਦਿਨਸ ਰਹਿਣਾਰੇ ਮਨ ਗੁਰਮਿਲ ਕਾ ਸਵਾਰੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਅੱਗੇ ਕੀ ਹੈ ਜੀ? ਆਪ ਘਟੈ, ਘਟ ਰਹੀ ਹੈ ਨਾ।
ਆਪ ਘਟੇ ਤਨ ਛੀਜੈ। ਇਹ ਦਿਨ ਦਿਨ ਕਰਕੇ ਜਿਹੜੀ ਘਟਦੀ ਪਈ, ਉਹਨੇ ਜਿਹੜਾ ਲਿਖਾਇਆ ਨਾ ਘਟੇ ਘਟੇ, ਇਹਦਾ ਮਤਲਬ ਇਹ ਵੇ ਕਿ ਜਿਹੜੀ ਉਮਰ ਪਰਮਾਤਮਾ ਨੇ ਦਿੱਤੀ ਜਨਮ ਤੋਂ ਬਾਅਦ ਜਿਹੜੀ ਘਟਦੀ ਘਟਦੀ ਹੈ ਉਹ ਸਾਡੀ ਉਮਰ ਹੈ। ਆਯੂ ਕਹੋ, ਆਰਬਲਾ ਕਹੋ, ਏਜ ਕਹੋ, ਸਾਡੀ ਉਮਰ ਘਟ ਰਹੀ। ਉਹ ਬੜਾ ਉਤਸੁਕ ਹੋ ਗਿਆ, ਕਹਿੰਦਾ ਜੀ ਆਹ ਜਿਹੜੀ ਵਧੇ ਵਧੇ ਇਹ ਕੀ? ਕਹਿਣ ਲੱਗੇ ਪੁੱਤਰ ਇਹਦੇ ਸਾਹਮਣੇ ਲਿਖ ਦੇ ਤਮਾ, ਇਹਦੇ ਸਾਹਮਣੇ ਲਿਖ ਦੇ ਤ੍ਰਿਸ਼ਨਾ। ਜਨਮ ਤੋਂ ਬਾਅਦ ਦਿਨ ਬ ਦਿਨ ਉਮਰ ਘਟਦੀ ਏ ਤੇ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਏ। ਨਾਲ ਹੀ ਹੱਸ ਕੇ ਕਹਿਣ ਲੱਗੇ ਕਿ ਇਹਦੇ ਵਿੱਚ ਸਹਿਜ ਖਟੈ ਲਾਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਛੂ ਨਾ ਸੁਝੀ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨੀ ਧਰਾਪੈ ਬਿਨਾਂ ਹਰ ਕਹਾਂ ਅਗਾਈ। ਕਹਿਣ ਲੱਗੇ ਵਧੇ ਵਧੇ ਦਾ ਅਰਥ ਹੈ ਤ੍ਰਿਸ਼ਨਾ ਤਮਾ, ਸੰਸਾਰੀ ਗੱਲ ਕਰ ਰਹੇ ਨੇ। ਉਹ ਕਹਿੰਦਾ ਜੀ ਦੋਨੋਂ ਠੀਕ ਨੇ, ਉਮਰ ਘਟਦੀ ਹੈ ਤ੍ਰਿਸ਼ਨਾ ਵੱਧਦੀ ਹੈ, ਤੇ ਆਹ ਜਿਹੜਾ ਉਹਨਾਂ ਲਿਖ ਕੇ ਦਿੱਤਾ ਨਾ ਵਧੇ ਨਾ ਘਟੇ, ਇਹ ਕੀ ਚੀਜ਼? ਕਹਿਣ ਲੱਗੇ ਇਹਦੇ ਅੱਗੇ ਲਿਖਦੇ ਸਵਾਸ ਨਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ। ਜੋ ਕੁਝ ਰੱਬ ਨੇ ਪਾ ਦਿੱਤਾ ਨਾ, ਨਾ ਬੱਚਿਆ ਵਧਣੇ ਤੇ ਨਾ ਘਟਣੇ ਨੇ। ਉਹ ਤੁਰਦਿਆਂ ਪੁੱਛਦੇ ਨੇ ਤੈਨੂੰ ਲਿਖ ਕੇ ਕਿੰਨੇ ਦਿੱਤਾ? ਕਹਿੰਦਾ ਇੱਕ ਸਾਧੂ ਹੈ। ਕਹਿੰਦਾ ਪੁੱਤ ਉਹਦੀਆਂ ਗੱਲਾਂ ਦਾ ਮਜ਼ਾਕ ਨਾ ਉਡਾਇਆ ਕਰ, ਉਹਨੇ ਤੈਨੂੰ ਜ਼ਿੰਦਗੀ ਦਾ ਰਾਜ ਆ ਸਮਾਜਾ ਦਿੱਤਾ ਹੈ। ਜਨਮ ਤੋਂ ਬਾਅਦ ਉਮਰ ਘਟ ਰਹੀ ਹੈ, ਤ੍ਰਿਸ਼ਨਾ ਵੱਧ ਰਹੀ ਹੈ, ਜਿਹਨੇ ਨਹੀਂ ਘਟਣਾ ਨਹੀਂ ਵਧਣਾ ਉਹ ਸੱਚੀ ਮੁੱਚੀ ਸਵਾਸ ਨੇ। ਮੈਂ ਫਿਰ ਬੇਨਤੀ ਕਰਾਂਗਾ।